ਸੋ ਵੈਲਕਮ ਹੈ ਗਾਇਸ, ਕੀ ਹਾਲ ਚਾਲ, ਸਭ ਹਰ ਸਾਰੇ ਵਧੀਆ ਹੋਵੋਗੇ। ਇੱਕ ਛੋਟੀ ਜਿਹੀ ਵੀਡੀਓ ਹੈ, ਕਲੋਲੀ ਵੀਡੀਓ, ਅੱਜ ਦੇਖੀਏ ਵਿਕਰਮਜੀਤ ਸਿੰਘ ਮਜੀਠੀਆ ਥਗ ਲਾਈਫ। ਠੀਕ ਹੈ, ਆਪਾਂ ਸਭ ਨੂੰ ਪਤਾ ਚੋਬਰ ਸਾਡੇ ਵੱਲਦਾ, ਠੀਕ ਹੈ, ਅਤੇ ਖਤਰਨਾਕ ਬੰਦਾ ਹੈ, ਘੈਂਟ ਬੰਦਾ ਹੈ, ਘੈਂਟ ਇਹਦਾ ਸੈਂਸ ਕਿ ਗੱਲਾਂ ਬੜੀਆਂ ਘੈਂਟ ਹੁੰਦੀਆਂ ਨੇ। ਬਾਕੀ ਕਿਸੇ ਦੇ ਪਰਸਨਲ ਲਾਈਫ ਆ, ਉਹ ਕੀ ਕਰ ਰਿਹਾ, ਕੀ ਬਿਜ਼ਨਸ ਨੇ, ਉਹਦੇ ਨਾਲ ਆਪਾਂ ਨੂੰ ਕੋਈ ਲਿੰਕ ਨਹੀਂ ਹੈਗਾ। ਆ ਜਾਓ ਦੇਖੀਏ, ਅੱਧੀ ਦੁਨੀਆ ਨੂੰ ਇੱਥੇ ਤੰਗ ਪਰੇਸ਼ਾਨ ਕੀਤਾ, ਆਏ ਉਂਗਲਾਂ ਉਠਾਉਣ ਵਾਲੇ, ਆਏ ਕਰ ਦੂੰਗਾ ਬਿਲਕੁਲ ਅੰਮ੍ਰਿਤਸਰੀਏ। ਉਹਦੇ ਥੱਲੇ ਲਿਖਿਆ ਵਿਕਰਮ ਸਿੰਘ ਮਜੀਠੀਆ ਨੂੰ ਜਲਦੀ ਮਾਰ ਦਿਆਂਗੇ, ਬਸ ਇਸ ਨੂੰ ਮਜੀਠੇ ਤੱਕ ਪਹੁੰਚਾ ਦਿਓ। ਮੈਂ ਤਾਂ ਝੋਕ ਕੇ ਆਇਆ ਸੀ ਉਹਨੂੰ ਭਾਉ ਨੂੰ ਪੁੱਛੂ ਕਿੱਥੇ ਲੰਘੇ ਆ। ਮੈਂ ਤਾਂ ਝੋਕ ਗਿਆ ਭਾਉ, ਮੱਝ ਵਾਲੇ ਭਾਉ ਹੁੰਦੇ ਮੱਝ ਵਾਲੇ। ਵਿਕਰਮਜੀਤ ਸਿੰਘ ਮਜੀਠੀਆ, ਮੈਨੂੰ ਘੈਂਟ ਆ ਯਾਰ, ਦਬਕੇ ਜਿਹੇ ਵਾਲਾ ਬੰਦਾ। ਛੋਟੀ ਜਿਹੀ ਵੀਡੀਓ ਸੀਗੀ, ਛੋਟੀ ਜਿਹੀ ਥਗਲੇ ਵੀਡੀਓ ਸੀਗੀ, ਅਤੇ ਬਸ ਇੰਨਾ ਹੀ ਆ। ਬਾਕੀ ਐਤਕੀ ਦੇਖਦੇ ਹਾਂ ਅੰਮ੍ਰਿਤਸਰ ਖੜਾ ਗਾ ਸਿੱਧੂ ਦੇ ਖਿਲਾਫ, ਕਾਫੀ ਹੱਦ ਤੱਕ ਮੈਨੂੰ ਚਾਂਸ ਇੱਦਾਂ ਲੱਗ ਰਿਹਾ ਕਿ ਸ਼ਾਇਦ ਮਜੀਠੀਆ ਜਿੱਤ ਸਕਦਾ ਬਾਈ ਉੱਥੋਂ, ਕਿਉਂਕਿ ਬਹੁਤ ਔਖਾ, ਬਹੁਤ ਤਗੜੀ ਸੀਟ ਹੈ, ਬਹੁਤ ਤਗੜਾ ਬੱਤਾ ਉਹਦੀ, ਬਹੁਤ ਤਗੜੀ ਸਪੋਰਟ ਉੱਧਰਲੇ ਪਾਸੇ ਮੱਝ ਵਾਲੇ ਪਾਸੇ। ਅਤੇ ਬਾਕੀ ਥੋੜ੍ਹਾ ਜਿਹਾ ਘੱਟ, ਇੱਕ ਕਹਿੰਦੇ ਨੇ ਫਿਰ ਵੀ ਇੱਕ ਰੋਬ ਆ ਬੰਦੇ 'ਚ, ਇੱਕ ਥੋੜ੍ਹਾ ਸਟਾਈਲਿਸ਼ ਆ, ਥੋੜ੍ਹਾ ਜਿਹਾ ਹਰ ਉਹ ਚੀਜ਼ ਹੈਗੀ ਹੈ, ਕੈਟ ਆ। ਬਾਕੀ ਦੈਟਸ ਆਲ, ਮਿਲਦੇ ਛੇਤੀ ਨਵੇਂ ਰਿਐਕਸ਼ਨ ਆ। ਸਤਿ ਸ਼੍ਰੀ ਅਕਾਲ।